ਤਕਰੀਬਨ ਹਰ ਬੰਦਾ ਇਸ ਗੱਲ ਦਾ ਸ਼ੱਕੀ ਹੈ। ਅੱਜ ਬੜਾ ਤੰਗ ਮੇਰਾ ਕਾਰੋਬਾਰ ਵੀ ਚੱਲਦਾ ਜ਼ਿਆਦਾ ਇੱਕ ਗੱਲ ਆਉਂਦੇ ਨੇ ਜਾਂਦੇ ਨੇ ਯਾਰਾਂ ਨੇ ਕ੍ਰਿਕਟ ਬੜੇ ਯਕੀਨ ਨਾਲ ਬਾਬਾ ਜੀ ਹੋ ਕੇ ਗੱਲ ਕਹਿ ਰਿਹਾ ਕਿ ਮੇਰਾ ਜ਼ਾਤੀ ਤਜਰਬਾ ਹੈ ਕਿ ਜਿੰਨੀ ਵੀ ਮਾਲੀ ਮੁਸ਼ਕਲਾਂ ਆਉਂਦੀਆਂ ਨੇ ਤੇ ਨਮਾਜ਼ ਦੀ ਕੋਤਾਹੀ ਅਗਰ ਨਮਾਜ਼ ਕਰਕੇ ਪੜ੍ਹਿਆ ਜਾਏ ਮੁਹੱਬਤ ਨਾਲ ਪਿਆਰ ਨਾਲ ਔਰ ਨਮਾਜ਼ ਪੜ੍ਹਨ ਦਾ ਹੁਕਮ ਨਹੀਂ ਕਾਇਮ ਕਰਨ ਦਾ ਹੁਕਮ ਹੈ ਕਿ ਚਾਰ ਨਮਾਜ਼ਾਂ ਪੜ੍ਹੀਏ ਇੱਕ ਰਹਿ ਜਾਏ ਤੇ ਚਾਰੇ ਪੜ੍ਹੀਆਂ ਵੀ ਨਹੀਂ ਤੁਸੀਂ ਮੋਬਾਈਲ ਦੇ ਨੰਬਰ ਮਿਲਾ ਰਹੇ ਹੋ ਸਿਰਫ ਇੱਕ ਜੀਰੋ ਛੱਡ ਦਿਓ ਤੇ ਕਾਲ ਨਹੀਂ ਮਿਲਦੀ ਜਿੰਨਾ ਚਿਰ ਪੰਜ ਪੂਰੀਆਂ ਨਾ ਪੜ੍ਹੀਏ ਇਹ ਨਮਾਜ਼ਾਂ ਪੰਜੇ ਬਸ ਸਭ ਤੋਂ ਬੁਰਾ ਆਜ਼ਾਦ ਦੇ ਨਮਾਜ਼ ਬਸ ਤੁਹਾਡੇ ਜਿਹੜੇ ਵੱਡੇ ਪੀਰ ਹੋਣਗੇ ਜਿੰਨਾ ਇਹਨਾਂ ਨੂੰ ਮੈਂ ਨਮਾਜ਼ ਪਾਬੰਦ ਕੀਤੀ ਔਰ ਇਹ ਗੱਲ ਤੈਅ ਜੀ ਕਿ ਜਿਹੜਾ ਬੰਦਾ ਤਹਜਦ ਛੱਡ ਦਿੰਦਾ ਉਹਦੀਆਂ ਪੰਜੇ ਨਮਾਜ਼ਾਂ ਵੀ ਪੂਰੀਆਂ ਨਹੀਂ ਕੋਈ ਨਹੀਂ ਕੁਝ ਔਰ ਸਾਡਾ ਜਿਹੜਾ ਹਾਲ ਹੈ ਆਪਣੇ ਮੈਂ ਕਹਿ ਰਿਹਾ ਕਿ ਦੀਗਰ ਦੀਆਂ ਦੁੰਦਾਂ ਕਦੀ ਨਹੀਂ ਪੜ੍ਹੀਆਂ ਅਸ਼ਾ ਦੀਆਂ ਦੁੰਦਾਂ ਕਦੀ ਨਹੀਂ ਪੜ੍ਹੀਆਂ ਸ਼ਾਹ ਦੇ ਨਜ਼ਰ ਕਦੀ ਨਹੀਂ ਪੜ੍ਹੇ ਫੌਰਨ ਭੱਜਦੇ ਹਾਂ ਬਾਹਰ ਪਤਾ ਲੱਗਦਾ ਕਿ ਕਿੰਨੇ ਕੁ ਨਮਾਜ਼ ਤੋਂ ਪਾਉਂਦੇ ਯਕੀਨ ਨਾਲ ਕਹਿੰਦਾ ਕਿ ਤੁਸੀਂ ਨਮਾਜ਼ ਨੂੰ ਸਹੀ ਤੌਰ 'ਤੇ ਕਾਇਮ ਕਰੋ ਕੋਈ ਵਜ਼ੀਫਾ ਕੋਈ ਅਮਲ ਕੋਈ ਤਾਵੀਜ਼ ਕੋਈ ਮਿਹਨਤ ਕੋਈ ਤਾਲੀਮ ਕੋਈ ਰੋਦਾ ਬੰਦੇ ਨੂੰ ਤੁਸੀਂ ਕਿਸੇ ਦਿੰਦਾ ਉਹ ਸਿਰਫ ਔਰ ਬੇਉਰਾਂ ਨੂੰ ਉਹ ਹੁਨਰ ਰਿਜ਼ਕ ਦਿੰਦਾ ਕਿ ਹੁਨਰ ਵਾਲੇ ਦਿੰਦੇ ਆ ਪਹਿਲੀ ਗੱਲ ਵਲਾ ਸਦਕ ਵਲਾ ਸੱਲਾ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਹੋਏ ਉਹ ਅਹਿਸਾਸ ਕਰਨੇ ਦਾ ਮੀਲ ਰੱਬ ਜਦੋਂ ਉਹਨੂੰ ਆਪਣਾ ਬੰਦਾ ਨਹੀਂ ਮੰਨਦਾ ਤੇ ਅਸੀਂ ਕੀ ਅੱਜ ਜੀ ਸਾਡਾ ਮੀਲ ਹੈ ਜੋ ਕਰੀ ਦਾ ਵੀ ਵੱਡੇ ਤੇ ਬਹੁਤ ਸਖਤੀ ਕਰਦੇ ਸਨ ਯਾਦ ਹੋ ਗਿਆ ਤੁਹਾਨੂੰ ਅੱਬਾ ਜੀ ਵੱਲੋਂ ਜੋ ਜਮਾਤ ਵਿੱਚ ਵੀ ਅਗਲੀ ਸੱਚ ਜਿਹਦੀ ਦਾੜੀ ਕਤਰੀ ਹੁੰਦੀ ਸੀ ਨਾ ਭਾਵੇਂ ਮੁੜ ਤੋਂ ਅੱਗੇ ਵੀ ਬੀਜੀ ਹੁੰਦੀ ਸੀ ਪਿਛਲੀ ਸੱਚ ਅੱਬਾ ਜੀ ਤੇ ਵਿਆਹ ਵੀ ਨਹੀਂ ਸਰ ਕਰਦੇ ਜਿੰਨਾ ਚਿਰ ਬੰਦਾ ਦਾੜੀ ਅੱਲਾ ਦੀ ਕਸਮ ਉਠਾ ਕੇ ਕਹਿੰਦਾ ਕਿ ਮੈਂ ਤੁਸਾਂ ਮਰ ਜਾ ਇਹ ਜ਼ਿੰਦਗੀ ਪਰੇਸ਼ਾਨੀ ਹੈ ਇਹ ਕੰਮ ਸਾਰੇ ਮੁੱਕ ਜਾਣੇ ਨੇ ਉਸ ਦੇ ਉਸ ਵੇਲੇ ਰੱਬ ਨੇ ਉਸ ਵੇਲੇ ਨਹੀਂ ਵਿਗੜਾ ਕਿ ਇਹ ਟੁੱਟ ਗਿਆ ਤਾਂ ਪਿੱਛੋਂ ਕੀ ਹੋ ਗਿਆ ਪਤਾ ਨਹੀਂ ਕਿਹੜੇ ਨੇ ਟੁੱਟ ਜਾਣਾ ਔਰ ਸਭ ਤੋਂ ਜ਼ਿਆਦਾ ਪੂੰਜੀ ਕੋਸ਼ਾ ਇਹ ਨਮਾਜ਼ ਦੇ ਵਿੱਚ ਹੱਥ ਜੋੜ ਗਿਆ ਕਹਾਂਗਾ ਕਿ ਦਾੜੀਆਂ ਪੂਰੀਆਂ ਕਰੋ ਨਮਾਜ਼ਾਂ ਪੰਜੇ ਪੜ੍ਹੋ ਸਰੇ ਸੁਲਤਾਨ ਨਸਲਾਂ ਦੇ ਪੜ੍ਹਿਆ ਕਰੋ ਮੁਹੱਬਤ ਅਤੇ ਪਿਆਰ ਨਾਲ ਪੜ੍ਹਿਆ ਕਰੋ ਔਰ ਉਸ ਤੋਂ ਬਾਅਦ ਦੋ ਤਸਬੀਹਾਂ ਯਾ ਵਜੂਦੋ ਕਹੀਏ ਯਾ ਵਹਾਬੋ ਯਾ ਰੱਬੋ ਇਹ ਤੁਸੀਂ 40 ਦਿਨ ਟਿਕ ਕੇ ਪੜ੍ਹ ਕੇ ਦੇਖੋ ਮੇਰਾ ਰੱਬ ਰਿਜ਼ਕ ਦੀ ਤੰਗੀ ਨਹੀਂ ਰਹਿਣ ਦਿੰਦਾ ਰੁਪਿਆ ਤੇਰੀ ਦਿੱਤਾ ਨਹੀਂ ਇੱਕ ਜਿਵੇਂ ਅਸੀਂ ਦੁਨੀਆਂ ਦੇ ਪਿੱਛੇ ਦੁਕਾਨਾਂ ਪਿੱਛੇ ਕਾਰੋਬਾਰ ਪਿੱਛੇ ਮਜ਼ਦੂਰੀ ਪਿੱਛੇ ਮਿਹਨਤ ਕਰਦੇ ਹਾਂ ਕਦੀ ਥੋੜ੍ਹੀ ਜਿਹੀ ਦੇਰ ਉਸ ਰੱਬ ਦੇ ਵੀ ਅਰਜ਼ ਕਰ ਦਈਏ ਗੱਲ ਆ ਜੀ ਤੁਸੀਂ ਚਾਹੋ ਤੋਂ ਬਗੈਰ ਮਜ਼ਦੂਰੀ ਨੂੰ ਵੀ ਦੇਖੋ ਇੱਕ ਤੇ ਗੱਲ ਹੈ ਕਿ ਇਹ ਬੜੀ ਜ਼ਰੂਰੀ ਗੱਲ ਹੈ ਔਰ ਆਪਣੀ ਅਕੀਦੇ ਦੀ ਪੁਖਤਗੀ ਮੇਰੇ ਨਜ਼ਦੀਕ ਜਿਹੜਾ ਸਿਹਾਬਾ ਦਾ ਵੀ ਅਦਬ ਹੈ ਜਿਹੜਾ ਨਬੀ ਪਾਕ ਦਾ ਵੀ ਅਦਬ ਹੈ ਉਹਦੇ ਨਾਲ ਸਲਾਮ ਲੈਣੀ ਵੀ ਜਾ ਮੈਂ ਨਹੀਂ ਭਾਵੇਂ ਕੋਈ ਰਿਸ਼ਤੇਦਾਰ ਹੈ ਅਤੇ ਭਾਵੇਂ ਗੁਆਂਢੀ ਹੈ ਅਤੇ ਭਾਵੇਂ ਕਿੱਡਾ ਜਿਹਦੇ ਵੱਲੋਂ ਮੈਨੂੰ ਪਤਾ ਲੱਗ ਜਾਂਦਾ
मैं उसके नाल सलाम नहीं लेता। ऐतकी वही है गल के रजनी साहब ने कोई टिट्टा भाबिया भी दे छी है शिया भी दे छी है। मैं उन्होंने नाल से दिलो जाना उस दिन का मैं क्या ये की हो रही असी बेअदब पावे पहले कह रहे थे इमाम से पूछे बात नहीं कर मैं जिस मस्जिद से या मोहम्मद न ली गया हो मैं उस मस्जिद से नमाज नहीं पढ़ता। किसे बेअदब पूछे नमाज मैं दसिया मैं कह जी किसे बेअदब पूछे नमाज पढ़ना तो बड़ी दूर की गल है मैं जमात नहीं कराता जिम्मे गिरानी पै जाए तो मैं देखा ना पिछे दूजी अकीदे वाला खलोता है तो मैं अपनी नमाज फिर दोहरा ली क्यों इस वास्ते कि क्यामत दिन वाले दिन इस बेदब को रब ने पूछा यो मना तू बुल्ला नासिम बई नाम हिम तेरा इमाम कौन सी ये आके कह दी ज्या शाह मेरा इमाम जी और मैं तो भी कहता था इमाम अल्लाह का दिन ना दा इमाम इनको मैंने कर दिया रसूलुल्लाह के पास इनको मैं हुकुम दिया ले पाक अकीदे का समझो गाली करना नमाज कुताई नहीं करनी दूसरे पाक पढ़ना नहीं बोलना किसी का हक नहीं करना दुनिया को टुट जाना जे मैं भी टुट जाना मैं लगता जाने तो फिर वे सानू याद आने ने एक एक साह किन्ना कीमती है नबी पाक ने जो आखिरी चले कलमा नसीब हो गया सारी जिंदगी उस गुनाहगार रहे ओदा ही गुनाह का कलमा पढ़िया उस जाते पढ़ सकने ये भी प्यारी हैं बच्चे भी प्यारे हैं कारोबार भी प्यारे हैं लेकिन लाख लगे औलाद को मिला अंबा को मिला औलाद अल्लाह की मायने माल की औलाद की मोहब्बत अल्लाह की याद तो काफ ये कीदे कीदे वाला सबक मैं हर दोस्त देना कम अज कम तुझी क्यामत वाले दिन मेरी अगुवाई दे सकोगे इन्हें सामू सबक दिता से ना सुना हुआ ना तो रुकना किया ਜਾ ਸੁਲਾ ਜਿਹੜਾ ਤੁਹਾਡਾ ਵੀ ਅਦਰ ਮੇਰਾ ਉਹਦੇ ਨਾਲ ਕੋਈ ਤਰ੍ਹਾਂ ਜਿਹੜਾ ਉੱਚੀ ਹੈ ਬਾਦ ਦਾ ਤੇ ਅਦਰ ਸਾਡਾ ਨਾਲ ਜਿਹੜਾ ਕੋਈ ਤੇ ਲੱਗਣੀ ਪੀਰ ਖਾਨੇ ਆਉਂਦਾ ਇਹ ਸਦਾ ਹੁੰਦਾ ਇਹ ਸਬਕ ਦੇਣਾ ਹੁੰਦਾ ਤੇ ਪੀਰ ਖਾਨੇ ਆਉਣਾ ਇਹ ਨਹੀਂ ਹੁੰਦਾ ਜਿਵੇਂ ਬੂਹੇ ਨੂੰ ਪਾਣੀ ਦੇਣਾ ਜਿਵੇਂ ਦੀਵੇ ਦੀ ਤੇਲ ਪਾਣਾ ਜਿੰਨੀ ਤੁਸੀਂ ਆਪਣੇ ਸ਼ੈਖ ਨੂੰ ਮੁਹੱਬਤ ਰੱਖੋਗੇ ਉਹਨੇ ਆਖਰੀ ਤੇ ਦਰਿਆ ਬੰਦੂ ਜਿਨ੍ਹਾਂ ਜਿਨ੍ਹਾਂ ਨੇ ਜੋ ਪੜ੍ਹੇ ਹੈ ਮੈਨੂੰ ਭਾਵੇਂ ਉਹ ਮੇਰੇ ਕਿੱਡੇ ਕਰੀਬੀ ਬਣਨ ਜਿਹਦੇ ਮੂੰਹ 'ਤੇ ਦਾੜੀ ਨਹੀਂ ਮੇਰੇ ਦਿਲ ਉਹਦੀ ਕੋਈ ਕਦਰ ਆਉਂਦੇ ਹੈਗੇ ਨਾ ਮੈਂ ਖਾਦਮ ਸਾਰਿਆਂ ਨੂੰ ਮੰਗ ਕੇ ਲਿਆ ਕਿ ਬਾਬਾ ਜੀ ਦੁਆ ਕਰੋ ਤੁਹਾਡੇ ਮਰੀਜ਼ ਆਉਣ ਅਤੇ ਮੈਂ ਆਪਣੇ ਮੂੰਹ ਨਾਲ ਉਹਨਾਂ ਦੇ ਜੋੜੇ ਔਰ ਇਹ ਖਿਦਮਤ ਮੈਂ ਮੰਗ ਕੇ ਲਈ ਹੈ ਔਰ ਅਲਹਮਦੁਲਿਲਾ ਤੁਹਾਡੀ ਸ਼ਿਵਾ ਤੋਂ ਦੱਸਾਂ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਲੰਗਰ ਤੁਹਾਡੇ ਪੀਰ ਖਾਨੇ ਚੱਲ ਰਿਹਾ ਸ਼ਾਇਦ ਹੀ ਕਿਧਰੇ ਚੱਲ ਗਿਆ ਹੋਵੇ ਦਿਨ ਰਾਤ ਉਹ ਰੌਣਕ ਲੱਗੀ ਹੈ ਔਰ ਮੇਰੇ ਪਿੰਡ ਦੇ ਬੰਦੇ ਜਿਹੜੇ ਨੇ ਲੁਧਿਆਣੇ ਤੋਂ ਜੀ 15 ਲੱਖ ਵਾਰੀ ਦਰੂਦ ਸ਼ਰੀਫ ਜੀ ਇਹ ਕਰੋ ਵੀਰ ਮੰਗਦੇ ਹੁੰਦੇ ਨੇ ਮੈਂ ਸਾਰਿਆਂ ਤੋਂ ਵੱਡਾ ਮੰਗਦਾ ਮੈਂ ਤੁਹਾਡੇ ਕੋਲ ਇਹ ਮੰਗਣਾ ਕਿ ਜਦੋਂ ਹਰ ਬੰਦਾ ਜ਼ਿਆਦਾ ਨਹੀਂ ਤੇ 1000 ਵੀ ਤੇ ਜ਼ਰੂਰ ਪੜ ਗਿਆ ਮੈਨੂੰ ਸਾਰੀਆਂ ਚੀਜ਼ਾਂ ਨਾਲ ਦੂਸਰੀ ਦਾ ਨਿਰਾਣਾ ਤਿਆਰ ਕਰੋ ਮੈਂ ਤੁਹਾਡੀ ਬਾਗ ਦਾ ਪੇਸ਼ ਕਰ ਸਕਦਾ ਹਾਂ ਤੇ ਦੋ ਧਿਆਨੀ 10-10 ਲੱਖ ਵਾਰੀ ਇਹ 15 ਲੱਖ ਵਾਰੀ ਆ ਗਿਆ ਇਹ ਪੜ੍ਹ ਕੇ ਦੇਣੇ ਨੇ ਕਿ ਆਪਣੇ ਘਰਾਂ ਨੂੰ ਦੀਨ ਦਾ ਮਾਹੌਲ ਦਿਓ ਜਿਨ੍ਹਾਂ ਦੇ ਬੱਚੇ ਨਮਾਜ਼ ਨਹੀਂ ਪੜ੍ਹਦੇ ਉਹ ਆਪ ਪੱਕੇ ਨਮਾਜ਼ੀ ਨੇ ਇਹਨਾਂ ਮਾਂ ਪਿਓ ਦੀ ਵੀ ਨਮਾਜ਼ ਨਹੀਂ ਜਿੱਦਾਂ ਚਿਰ ਕਿ ਇਹਨਾਂ ਦੇ ਬੱਚੇ ਨਮਾਜ਼ ਨਾ ਪੜ੍ਹਨ ਜਿਵੇਂ ਬੱਚਿਆਂ ਕੋਲੋਂ ਹੋਰ ਹਰ ਗੱਲ ਬਣਾ ਲੈਂਦੇ ਹੋ ਨਮਾਜ਼ ਪੜ੍ਹਨ ਨਮਾਜ਼ ਇੱਕ ਬੇ ਨਮਾਜ਼ ਹੋਵੇ ਪੂਰੇ ਮਹੱਲੇ 'ਚ ਬਰਕਤ ਨਹੀਂ ਹੁੰਦੀ ਅੱਜ ਕੱਲ੍ਹ ਸਵੇਰੇ ਉੱਠਣ ਦਾ ਰਿਵਾਜ਼ ਹੀ ਕੋਈ ਨਹੀਂ ਹੈ ਖਾਸ ਤੌਰ 'ਤੇ ਲਾਹੌਰ ਵਾਲੇ ਤਾਂ ਬਹੁਤ ਛੇਤੀ ਹੁੰਦੀ
ਐਡੀ ਛੇਤੀ ਉੱਠ ਕੇ ਮੇਰੇ ਕਮਾਲ ਦੇ ਚੁੱਕਦਾ। 11 ਵਜੇ ਪੁੱਛੋ ਤੇ ਆਉਂਦੇ ਨੇ ਜੀ ਨਾਸ਼ਤਾ ਕਰ, ਸਵੇਰੇ ਸਵੇਰੇ ਜਾ ਕੇ ਘਰ ਤੁਰ ਜਾਈ ਨਾ, ਬੂਹਾ ਖੜਕਾ ਖੜਕਾ ਕੇ ਵਾਪਸ ਖਾਣ ਦੇ ਜੀ ਦਿੱਤੇ। ਔਰ ਫਿਰ ਲਾਹੌਰਾਂ ਨੇ ਨਹੀਂ ਬਾਕੀ ਕੀ ਹੈ ਜੀ ਨੇ, ਯਾਦ ਰੱਖੋ ਵਜਨ ਦੀ ਨਮਾਜ਼ ਵੇਲੇ ਸੌਣਾ ਇਹ ਇੰਨੀ ਬੁਰੀ ਗੱਲ। ਬਜ਼ੁਰਗ ਕਹਿੰਦੇ ਨੇ ਕਿ ਇੱਕ ਬੱਕਰੀ ਇੱਕ ਵੇਲੇ ਚਾਰ ਤੋਂ ਵੱਧ ਜਾਪ ਚਾਰ ਜਾਪ ਦਿੰਦੀ ਹੈ, ਇਹ ਤੋਂ ਵੱਧ ਨਹੀਂ ਦਿੰਦੀ, ਤੇ ਕੁੱਤੀ ਇੱਕ ਵੇਲੇ 11 ਦਿੰਦੀ ਹੈ। ਭੇੜ ਬੱਕਰੀ ਰੋਜ਼ 3000 ਦੀਵਾ ਹੁੰਦੀ ਹੈ, ਕੁੱਤਾ ਤੇ ਦੀਵਾ ਨਹੀਂ ਨਾ ਹੁੰਦਾ। ਇਹਦੇ ਬਾਵਜੂਦ ਜਦੋਂ ਵੇਖੋਗੇ ਇੰਚਰ ਭੇਡਾਂ ਬੱਕਰੀਆਂ ਦਾ ਇਹਨਾਂ ਨਹੀਂ ਵੇਖੋਗੇ। ਜ਼ਮਾਨੇ ਨੇ ਫਰਕ ਇਹ ਭੇੜ ਬੱਕਰੀ ਸਾਰੀ ਰਾਤ ਸੁੱਤੀ ਵੀ ਹੋਵੇ ਤੇ ਫਜਰ ਵੇਲੇ ਜਾਗ ਪੈਂਦੀ ਹੈ, ਤੇ ਕੁੱਤਾ ਸਾਰੀ ਰਾਤ ਸੁੱਤਾ ਹੋਵੇ ਜਾਗਦਾ ਹੋਵੇ ਤੇ ਫਜਰ ਵੇਲੇ ਸੌ ਜਾਵੇ। ਫਜਰ ਵੇਲੇ ਸੌਣ ਜਾਣ ਨਾਲ ਉਹਦੀ ਨਸਲ ਵਿੱਚ ਬਰਕਤ ਹੈ, ਇਹਦੀ ਨਸਲ ਵਿੱਚ ਬਰਕਤੀ ਹੈ। ਆਪਣੇ ਘਰਾਂ ਨੂੰ ਟੀਵੀ ਮਾਹੌਲ ਦੇਈਏ, ਟੀਵੀ ਨੇ ਇੰਟਰਨੈਟ ਨੇ ਜਿਹੜੀ ਗੰਦਗੀ ਫੈਲਾਈ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਰਾਏ ਮੇਰੀ ਅੱਲਾਹ ਤਾਲਾ ਕਿਆਮਤ ਵਾਲੇ ਦਿਨ ਦੀ ਅਸੀਂ ਆਪਣੇ ਪੀਰ ਦਾ ਦਾਮਨ ਫੜ ਕੇ ਇੰਝ ਰਲ ਕੇ ਚੱਲਣੀ ਚਾਹੀਦਾ। ਹੋ ਸਕਦਾ ਪੂਰੇ ਇਸਲਾਮੀ ਸੁਣਨ ਦਾ ਅਮਲ ਕਰਾ ਸਾਰੇ ਦੋਸਤ ਮੇਰੀ ਸੂਰਤ ਬਣਦੇ